ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਹਾਂ, ਬਹੁਤ ਹੀ ਸੋਹਣੀ, ਬਹੁਤ ਸੋਹਣੀ, ਸੁਪਰ ਹਿੱਟ ਆ, ਬਹੁਤ ਵਧੀਆ, ਰੇਂਜ ਵੀ ਬਹੁਤ ਵਧੀਆ, ਫੈਬਰਿਕ ਵਾਈਜ਼ ਵੀ ਬਹੁਤ ਵਧੀਆ। ਸੋ ਸਾਰੀ ਕਲੈਕਸ਼ਨ ਹੀ ਪਿਓਰ ਦੇ ਦੁਪੱਟਿਆਂ ਨਾਲ ਦਿਖਾਉਂਗੀ ਜਾਂ ਫਿਰ ਵਿਸਕੋਸ ਮਸਲੀਨ ਦੇ ਦੁਪੱਟਿਆਂ ਦੇ ਨਾਲ ਦਿਖਾਉਂਗੀ। ਇਹਨਾਂ ਵਿੱਚੋਂ ਜਿਹੜਾ ਵੀ ਸੂਟ ਪਸੰਦ ਹੋਊਗਾ, ਵਿੰਟਰ ਦੀ ਕਲੈਕਸ਼ਨ ਆ, ਸਰਦੀਆਂ ਵਾਲਾ ਸਾਰਾ ਫੈਬਰਿਕ ਰਹੂਗਾ ਤੇ ਵਿਦਆਊਟ ਕੋਈ ਵੀ ਇਹਦੀ ਕੰਪਲੇਨ ਨਹੀਂ ਹੈਗੀ ਜੀ। ਬਿਨਾਂ ਕੰਪਲੇਨ ਤੋਂ ਆ, ਕੋਈ ਇਹਦੀ ਲੋਂਦੀ ਨਹੀਂ, ਕੋਈ ਬੁਰਦੀ ਨਹੀਂ, ਜਿੱਦਾਂ ਦਾ ਮਰਜ਼ੀ, ਮਤਲਬ ਕਿ ਜਿਵੇਂ ਮਰਜ਼ੀ ਤੁਸੀਂ ਇਹਨੂੰ ਪਾਓ, ਹੰਢਾਓ ਕੱਪੜੇ ਨੂੰ, ਬਹੁਤ ਸੋਹਣਾ ਸਟੱਫ ਆਇਆ। ਸੋ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਸੂਟ ਪਸੰਦ ਹੋਊਗਾ, ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ। ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ, ਉਹਦੇ ਉੱਪਰ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਪਾ ਸਕਦੇ ਹੋ ਤੇ ਆਪਣੇ ਆਰਡਰ ਦੀ ਬੁਕਿੰਗ ਕਰਵਾ ਸਕਦੇ ਹੋ। ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ, ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ, ਸ਼ੇਅਰ ਜ਼ਰੂਰ ਕਰਦਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਬਾਕੀ ਜਿਹੜੀਆਂ ਵੀ ਭੈਣਾਂ ਨੇ ਗਰੁੱਪ ਦੇ ਵਿੱਚ ਨੰਬਰ ਐਡ ਆਨ ਕਰਾਉਣਾ ਵਾ, ਤੁਸੀਂ ਇਹੀ ਨੰਬਰ ਦੇ ਉੱਪਰ ਹੈਲੋ ਲਿਖ ਕੇ ਛੱਡ ਸਕਦੇ ਹੋ। ਤੇ ਜਿਹੜੀ ਵੀ ਆਪਣੀ ਲੇਟੈਸਟ ਵਰਾਇਟੀ ਹੈ ਨਾ, ਜਿਵੇਂ ਪਾਰਟੀ ਵੀਅਰ ਦੀ ਆਪਣੀ ਵੀਡੀਓ ਬਹੁਤ ਘੱਟ ਆਉਂਦੀ ਆ, ਬਟ ਆਪਾਂ ਪਿਕਸ ਵਗੈਰਾ ਸ਼ੇਅਰ ਕਰਦੇ ਰਹਿੰਦੇ ਹਾਂ ਗਰੁੱਪ ਦੇ ਵਿੱਚ, ਬਾਕੀ ਵੀਡੀਓ ਦੀ ਇਨਫੋਰਮੇਸ਼ਨ ਮਿਲਦੀ ਰਹਿੰਦੀ ਆ, ਤਾਂ ਤੁਸੀਂ ਗਰੁੱਪ ਦੇ ਵਿੱਚ ਨੰਬਰ ਐਡ ਆਨ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ। ਲਓ ਜੀ, ਮੈਂ ਤੁਹਾਨੂੰ ਦਿਖਾਉਂਦੀ ਹਾਂ ਅੱਜ ਦੇ ਸੂਟ। ਪਹਿਲਾਂ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ, ਇਹ ਦਿਖਾਉਣ ਲੱਗੀ ਹਾਂ ਆਲ ਓਵਰ ਸੂਟ। ਬਹੁਤ ਹੀ ਸੋਹਣਾ ਬ੍ਰਾਂਡ ਦਾ ਫੈਬਰਿਕ ਰਹੂਗਾ, ਕੋਈ ਲੋਨ ਦੀ ਕਿਸੇ ਤਰ੍ਹਾਂ ਦਾ ਬੁਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ, ਕੋਈ ਕੰਪਲੇਨ ਨਹੀਂ ਹੈਗੀ ਫੈਬਰਿਕ ਦੀ। ਜਿਵੇਂ ਮਰਜ਼ੀ ਕੱਪੜੇ ਨੂੰ ਪਾਓ, ਹੰਢਾਓ, ਕੁੱਟ ਕੁੱਟ ਕੇ ਹੰਢਾਓ, ਜਾਣੀ ਕਿ ਕੋਈ ਵੀ ਕੰਪਲੇਨ ਨਹੀਂ ਹੈਗੀ। ਆਲ ਓਵਰ ਸੂਟ ਮਿਲੂਗਾ, 5 ਮੀਟਰ ਦੀ ਕੱਟ ਰਹੂਗੀ। ਆਲ ਓਵਰ ਸੂਟ ਆ ਜੀ, 5 ਮੀਟਰ ਦੀ ਕੱਟ ਆ। ਜਿੰਨੀ ਵੀ ਅੱਜ ਦੀ ਵੀਡੀਓ ਆ, 1,550 ਰੁਪਇਆ ਪ੍ਰਾਈਜ਼ ਆ, ਨੋ ਕੋਈ ਵੀ ਐਕਸਟਰਾ ਕੋਰੀਅਰ ਚਾਰਜਸ ਨਹੀਂ ਹੈਗੇ ਤੇ ਕੋਈ ਵੀ ਅਦਰ, ਜਾਣੀ ਕਿ ਕੋਈ ਚਾਰਜਸ ਨਹੀਂ ਲੱਗਣੇ। 1,550 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ। ਕਈ ਤਰ੍ਹਾਂ ਦੇ ਆਪਣੇ ਕੋਲ ਅੱਜ ਪੀਸ ਆਏ ਨੇ, ਸੋ ਤੁਹਾਨੂੰ ਜਿਹੜਾ ਵੀ ਪਸੰਦ ਆ ਉਹ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਸਕਦੇ ਹੋ। ਇਹ ਹੈਗਾ ਫਸਟ ਡਿਜ਼ਾਈਨ ਤੇ ਆਲ ਓਵਰ ਆ, 5 ਮੀਟਰ ਦੀ ਕੱਟ ਮਿਲੂਗੀ। ਬ੍ਰਾਂਡ ਦੇ ਸਾਰੇ ਆਰਟੀਕਲ ਰਹਿਣਗੇ, ਆ ਲਓ ਨਾਲ ਇਹਨਾਂ ਦੇ ਰਹਿਣਗੇ ਵਿਸਕੋਸ ਮਸਲੀਨ ਦੇ ਦੁਪੱਟੇ। ਵਿਸਕੋਸ ਮਸਲੀਨ ਦਾ ਰਹੂਗਾ ਦੁਪੱਟਾ, ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ, ਦੇਖ ਸਕਦੇ ਹੋ ਪੂਰਾ ਖੁੱਲਾ ਡੁੱਲਾ। 2.5 ਮੀਟਰ ਦੀ ਇਹਨਾਂ ਦੀ ਕੱਟ ਰਹੂਗੀ, ਬਹੁਤ ਸੋਹਣੀ ਚੀਜ਼ ਆ ਇਹ। ਸੋ ਜਿਹੜਾ ਵੀ ਪੀਸ ਪਸੰਦ ਆਇਆ ਫਟਾਫਟ ਸਕਰੀਨਸ਼ਾਟ ਲੈ ਲਿਓ। ਕਲਰ ਇਹਦੇ ਵਿੱਚ ਲਾਈਟ ਵੀ ਮਿਲਣਗੇ, ਡਾਰਕ ਵੀ ਮਿਲਣਗੇ। ਇਹ ਹੈਗਾ ਜੀ ਸੈਕਿੰਡ ਪ੍ਰਿੰਟ, ਇਹਦੇ ਵਿੱਚ ਸਿੰਗਲ ਪੀਸ ਹੀ ਆ, ਇਹਦੇ ਵਿੱਚ ਕੋਈ ਕਲਰ ਨਹੀਂ, ਕੁਛ ਨਹੀਂ, ਇਹ ਸੋਲੋ ਪੀਸ ਆ। ਇਹਦੇ ਵਿੱਚ 3 ਕਲਰ ਮਿਲਣਗੇ, ਚੀਜ਼ ਸੇਮ ਆ, ਸਟੱਫ ਸੇਮ ਆ ਤੇ ਦੁਪੱਟੇ ਵੀ ਸੇਮ ਆ, ਸਾਰੇ ਡਿਜੀਟਲ ਆ, ਵਿਸਕੋਸ ਮਸਲੀਨ ਦੇ ਉੱਪਰ। ਵਿਸਕੋਸ ਮਸਲੀਨ ਦੇ ਦੁਪੱਟੇ ਆ, ਬਹੁਤ ਸੋਹਣੇ, ਸਾਰੇ ਡਿਜੀਟਲ, ਬਹੁਤ ਸੋਹਣੀ ਕਲੈਕਸ਼ਨ ਆ। ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ। ਅਗਲਾ ਹੈਗਾ ਜੀ ਪਿਸਤਾ ਜਿਹਾ ਕਲਰ ਆ, ਇਹ ਵੀ ਬਹੁਤ ਸੋਹਣਾ, ਬਹੁਤ ਪਿਆਰਾ ਵਾ, ਗ੍ਰੇ ਪਿਸਤੇ ਜਿਹੇ ਟੋਨ ਦੇ ਉੱਪਰ ਆ। ਜਿਹੜਾ ਆਪਾਂ ਪਹਿਲਾਂ ਖੋਲਿਆ ਸੀ, ਇਹ ਲਾਈਟ ਫਰੋਜ਼ੀ ਆ, ਬਿਲਕੁਲ ਹੀ ਫਰੋਜ਼ੀ ਸਕਾਈ ਬਲੂ ਜਿਹਾ ਕਲਰ ਕਹਿ ਸਕਦੇ ਹਾਂ, ਬਹੁਤ ਸੋਹਣਾ ਕਲਰ ਆ ਇਹ ਵੀ। ਤੇ ਜਿਹੜਾ ਨੈਕਸਟ ਵਾਲਾ, ਇਹ ਗ੍ਰੇ ਕਲਰ ਦਾ ਮੇਨ ਕੰਬੀਨੇਸ਼ਨ ਆ,
ਹੈਲੋ। ਨਾਲ ਹੈਗਾ ਸੇਮ ਗ੍ਰੇ ਕਲਰ ਦਾ ਹੀ ਦੁਪੱਟਾ, ਬਹੁਤ ਸੋਹਣਾ ਵਾ। ਆਲ ਓਵਰ 5 ਮੀਟਰ ਦੀ ਕੱਟ ਆ, ਇਹਦੇ ਵਿੱਚ ਤੁਹਾਨੂੰ ਮੈਂ ਮੈਚਿੰਗ ਵੀ ਦਿਖਾਉਂਗੀ ਤੇ, ਬਟ ਇਹ ਆਲ ਓਵਰ ਨੇ, ਆਲ ਓਵਰ ਉਹਨਾਂ ਭੈਣਾਂ ਲਈ ਆ ਜਿਨ੍ਹਾਂ ਦਾ ਕੱਟ ਦੀ ਪ੍ਰੋਬਲਮ ਆਉਂਦੀ ਹੈ, ਨਹੀਂ ਬਣਦਾ ਤਾਂ 5 ਮੀਟਰ ਦਾ ਸੂਟ ਆਰਾਮ ਦੇ ਨਾਲ ਹਰ ਭੈਣ ਦਾ ਬਣ ਜਾਂਦਾ। ਸੋ ਪ੍ਰੋਪਰ ਕੱਟ ਰਹੂਗੀ ਤੇ ਬ੍ਰਾਂਡ ਦੇ ਆਰਟੀਕਲ ਰਹਿਣਗੇ, ਪ੍ਰੋਪਰ ਕੱਟ ਦੇ ਇਹ ਆਰਟੀਕਲ ਨੇ। ਬਿਲਕੁਲ ਹੀ ਲਾਈਟ ਜਿਹੇ ਕਲਰ ਦੇ ਵਿੱਚ ਜਿਹੜੀ ਭੈਣ ਜਾਣਾ ਚਾਹੁੰਦੀ ਹੈ, ਇਹ ਲਾਈਟ ਜਿਹਾ ਆ ਗਿਆ, ਬਿਲਕੁਲ ਹੀ ਲਾਈਟ ਜਿਹਾ ਗ੍ਰੇ ਕਹਿ ਸਕਦੇ ਹਾਂ ਇਹਨੂੰ। ਇਹ ਵੀ ਬਹੁਤ ਸੋਹਣਾ ਪੀਸ ਆ, ਬਹੁਤ ਪਿਆਰਾ ਵਾ। ਇਹਦੇ ਵਿੱਚ ਨਾ ਲਾਈਨਿੰਗ ਦੀ ਪ੍ਰਿੰਟਿੰਗ ਆ, ਇਹ ਵਾਲੇ ਜਿਹੜੇ ਮੈਂ ਦਿਖਾ ਰਹੀ ਹਾਂ ਸਟੱਫ ਇਸ ਤਰ੍ਹਾਂ ਲੱਗੂਗਾ, ਤਾਂ ਪਾਇਆ ਹੋਇਆ ਜਿਵੇਂ ਕੋਟਰਾਈਜ਼ ਨਹੀਂ ਵੀਅਰ ਕੀਤੀ ਹੁੰਦੀ ਇੱਦਾਂ ਦਾ ਲੱਗੂਗਾ। ਹੈਗਾ ਇਹ ਸਾਰਾ ਵਿੰਟਰ, ਵਿੰਟਰ ਦੀ ਕਲੈਕਸ਼ਨ ਆ, ਬੁਲਨ ਦੇ ਉੱਪਰ ਆ ਸਾਰਾ ਹੀ, ਬਟ ਇਹ 'ਤੇ ਕੋਈ ਵੀ ਲੋਨ ਨਹੀਂ, ਕੋਈ ਬੁਣ ਨਹੀਂ, ਕੁਛ ਨਹੀਂ ਆਉਣਾ ਹੈਗਾ। ਅਤੇ ਬਹੁਤ ਹੀ ਹੌਲਾ ਜਿਹਾ ਕੱਪੜਾ, ਬਹੁਤ ਵਧੀਆ, ਬਹੁਤ ਸੋਹਣਾ ਵਾ ਫੈਬਰਿਕ। ਅਤੇ ਵਿੱਚ ਇਹਦੇ ਲਾਈਨਿੰਗ ਦੀ ਪ੍ਰਿੰਟਿੰਗ ਆ, ਡਿਜੀਟਲ ਜੀ ਪ੍ਰਿੰਟਿੰਗ ਆ ਲਾਈਨਿੰਗ ਦੀ, ਤਾਂ ਇਸ ਤਰ੍ਹਾਂ ਯਾਨੀ ਕਿ ਦੇਖਣ ਵਾਲੇ ਲੋਕ ਜਿਵੇਂ ਆਪਾਂ ਕੋਟਰਾਈਜ਼ ਵੇਅਰ ਕੀਤੀ ਹੁੰਦੀ ਆ। ਬਹੁਤ ਸੋਹਣਾ, ਸਾਰੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਆਏ ਨੇ ਇਹਦੇ। ਹਲੋ ਜੀ, ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆ, ਜਿਹੜਾ ਵੀ ਸੂਟ ਪਸੰਦ ਆ ਰਿਹਾ ਬਸ ਫਟਾਫਟ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਬੁੱਕ ਕਰਵਾ ਦਿਓ। ਲਓ ਜਿਹੜਾ ਇਹ ਵਾਲਾ ਮੈਂ ਦਿਖਾ ਰਹੀ ਹਾਂ, ਇਹ ਥੋੜ੍ਹੇ ਜਿਹੇ ਆ ਗਏ ਇੰਗਲਿਸ਼ ਜਿਹੇ ਕਲਰ, ਮਿੱਠੇ ਪਿਆਰੇ ਜੀ, ਮੀਡੀਅਮ ਜਿਹੇ ਕਲਰ, ਨਾ ਜ਼ਿਆਦਾ ਡਾਰਕ ਨਾ ਲਾਈਟ ਦੇ ਵਿੱਚ, ਜਿਵੇਂ ਇਹ ਗਾਜਰੀ ਸ਼ੇਡ ਆ, ਇਹਦੇ ਵਿੱਚ ਸ਼ਿਮਰ ਦਾ ਟੱਚ ਆਊਗਾ, ਇਹ ਵਾਲੇ ਦੇ ਵਿੱਚ ਸ਼ਿਮਰ ਦਾ ਟੱਚ ਆਊਗਾ, ਸ਼ਿਮਰ ਆ, ਇਹ ਵੁਲਨ ਦੇ ਉੱਪਰ ਹੀ ਆ, ਸ਼ਿਮਰ ਆ ਜੀ। ਹਲੋ, ਇਸ ਤਰ੍ਹਾਂ ਹੀ ਸਾਰੀ ਡਿਜੀਟਲ ਪ੍ਰਿੰਟਿੰਗ ਆਊਗੀ, ਪੱਲੇ ਦੇ ਉੱਪਰ ਇਸ ਤਰ੍ਹਾਂ ਸਾਰਾ ਡਿਜੀਟਲ ਆਊਗਾ ਪ੍ਰਿੰਟ, ਬਹੁਤ ਸੋਹਣਾ, ਸਾਰਾ ਬਾਹਾਂ ਦੇ ਉੱਪਰ ਆਊਗਾ, ਫਰੰਟ ਬੈਕ ਸੇਮ ਰਹੂਗੀ, ਨਾਲ ਇਹਨਾਂ ਦੇ ਰਹਿਣਗੀਆਂ ਪਲੇਨ ਬੋਟਮ, ਪਲੇਨ ਬੋਟਮ ਰਹਿਣਗੀਆਂ ਸੇਮ ਸਟੱਫ ਦੇ ਵਿੱਚ ਹੀ, ਨਾਲ ਰਹਿਣਗੇ ਪਿਓਰ ਦੇ ਦੁਪੱਟੇ, ਬਹੁਤ ਸੋਹਣੇ ਪਿਓਰ ਦੀ ਕੁਆਲਿਟੀ ਲੱਗੀ ਆ ਦੁਪੱਟਿਆਂ ਦੀ ਵੀ, ਤੇ ਦੁਪੱਟੇ ਸਾਰੇ ਡਿਜੀਟਲ ਰਹਿਣਗੇ। ਹਲੋ, ਡਿਜੀਟਲ ਦੁਪੱਟੇ ਨੇ, ਬਹੁਤ ਸੋਹਣੇ ਲੱਗੇ ਹੋਏ, ਨਾਲ ਫੁੱਲ ਪਿਓਰ ਦਾ ਦੁਪੱਟਾ ਵਾ ਜੀ, ਬਹੁਤ ਸੋਹਣੀ ਕਲੈਕਸ਼ਨ ਆ। ਇਹਦੇ ਵਿੱਚ ਵੀ ਤੁਹਾਨੂੰ 4 ਕਲਰ ਮਿਲ ਜਾਣਗੇ, 4 ਹੀ ਕਲਰ ਇਹਦੇ, ਬਹੁਤ ਸੋਹਣੇ ਆ, ਨਾ ਜ਼ਿਆਦਾ ਲਾਈਟ ਆ, ਨਾ ਜ਼ਿਆਦਾ ਡਾਰਕ ਆ। ਹਲੋ, ਇਹਦੇ ਵਿੱਚ ਇੱਕ ਲੈਮਨ ਸ਼ੇਡ ਮਿਲੂਗਾ ਤੁਹਾਨੂੰ, ਬਹੁਤ ਸੋਹਣਾ ਵਾ, ਅਤੇ ਸ਼ਿਮਰ ਆ, ਜਾਣੀ ਕਿ ਸ਼ਿਮਰ ਦੇ ਉੱਪਰ ਆ, ਸ਼ਿਮਰ ਦਾ ਟੱਚ ਮਿਲੂਗਾ, ਜ਼ਿਆਦਾ ਵੀ ਨਹੀਂ, ਵੀ ਕਈ ਭੈਣਾਂ ਸੋਚਦੀਆਂ ਹੋਣਗੀਆਂ ਬਹੁਤ ਭੜਕੀਲਾ, ਇੱਦਾਂ ਦਾ ਕੁਛ ਨਹੀਂ ਹੈਗਾ, ਬਿਲਕੁਲ ਹੀ ਹਲਕਾ ਜਿਹਾ ਸ਼ਿਮਰ ਦਾ ਟੱਚ ਆ, ਜ਼ਿਆਦਾ ਵੀ ਨਹੀਂ ਹੈਗਾ। ਕੋਈ ਕੋਈ ਧਾਗਾ ਜਾਣੀ ਕਿ ਸ਼ਿਮਰ ਦਾ ਇਹਦੇ ਵਿੱਚ ਚਲਾਇਆ ਗਿਆ ਵਾ, ਅਤੇ ਨਾਲ ਇਹਦੇ ਸੇਮ ਆਊਗੀ ਪਲੇਨ ਬੋਟਮ, ਅਤੇ ਨਾਲ ਫੁੱਲ ਪਿਓਰ ਦਾ ਹੀ ਦੁਪੱਟਾ, ਬਹੁਤ ਸੋਹਣੀ ਚੀਜ਼ ਹੈ ਵੀ ਬਣੀ ਹੋਈ, ਅਤੇ 4 ਹੀ ਕਲਰ ਇਹਦੇ ਬਹੁਤ ਸੋਹਣੇ ਆਏ ਨੇ, ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ। ਅਗਲਾ ਹੈਗਾ ਗ੍ਰੇ ਵਾਲਾ, ਗ੍ਰੇ ਕਲਰ ਵੀ ਬਹੁਤ ਸੋਹਣਾ, ਬਹੁਤ ਪਿਆਰਾ ਵਾ, ਗ੍ਰੇ ਇਹਦੀ ਸੇਮ ਬੋਟਮ ਰਹੂਗੀ, ਨਾਲ ਸੇਮ ਡਿਜੀਟਲ ਰਹੂਗਾ ਦੁਪੱਟਾ ਗ੍ਰੇ, ਬਹੁਤ ਸੋਹਣੀ ਕਲੈਕਸ਼ਨ ਆ, ਕਲਰ ਬਹੁਤ ਸੋਹਣੇ ਆਏ ਆ, ਚੀਜ਼ ਵੀ ਬਹੁਤ ਸੋਹਣੀ ਆਈ ਆ, ਪ੍ਰਾਈਸ ਰੇਂਜ ਬਹੁਤ ਵਧੀਆ, 1550 ਦਾ ਸਿਰਫ ਸੂਟ ਆ, ਬਟ ਕੱਪੜਾ ਬਹੁਤ ਫਾਈਨ ਆ, ਬਹੁਤ ਵਧੀਆ, ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ, ਕੋਈ ਸਿੱਜਣ ਦੀ ਨਹੀਂ, ਕੋਈ ਵੀ ਬੁਰ ਦੀ ਨਹੀਂ, ਕੋਈ ਲੂਣ ਦੀ ਨਹੀਂ, ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਆਉਣੀ ਫੈਬਰਿਕ 'ਤੇ, ਜਿਵੇਂ ਮਰਜ਼ੀ ਤੁਸੀਂ ਇਹਨੂੰ ਵੀਅਰ ਕਰ ਸਕਦੇ ਹੋ, ਨਾਲੇ ਅੱਗੇ ਯਾਨੀ ਕਿ ਫਰਵਰੀ ਮਾਰਚ ਤੱਕ ਆਰਾਮ ਦੇ ਨਾਲ ਤੁਸੀਂ ਇਹਨਾਂ ਨੂੰ ਵੀਅਰ ਕਰ ਸਕਦੇ ਹੋ। ਜਿਹੜੀਆਂ ਭੈਣਾਂ ਵਿਦਾਊਟ ਲਾਈਨਿੰਗ ਸਟਿਚ ਕਰਾਉਣਾ ਚਾਹੁੰਦੀਆਂ, ਵਿਦਾਊਟ ਲਾਈਨਿੰਗ ਵੀ ਕਰਾ ਸਕਦੇ ਹੋ, ਵਿਦ ਲਾਈਨਿੰਗ ਕਰਵਾਉਣਾ ਚਾਹੁੰਦੀਆਂ, ਵਿਦ ਲਾਈਨਿੰਗ ਵੀ ਕਰਵਾ ਸਕਦੇ ਹੋ।
ਲਓ ਜੀ ਅਗਲਾ ਇਹਦੇ ਵਿੱਚ ਹੈਗਾ ਗ੍ਰੀਨ ਕਲਰ, ਨਾ ਜ਼ਿਆਦਾ ਡਾਰਕ ਕਲਰ ਨੇ ਨਾ ਹੀ ਜ਼ਿਆਦਾ, ਇਹ ਮਹਿੰਦੀ ਆ ਗ੍ਰੀਨ ਟੂਨ ਦੇ ਉੱਪਰ ਆ, ਮਹਿੰਦੀ ਆ ਗ੍ਰੀਨ ਇਹਦੀ ਬੋਟਮ ਆਊਗੀ, ਨਾਲ ਸੇਮ ਆਊਗਾ ਦੁਪੱਟਾ, ਦੇਖੋ ਨਾ ਜ਼ਿਆਦਾ ਡਾਰਕ ਆ ਨਾ ਹੀ ਜ਼ਿਆਦਾ ਲਾਈਟ ਆ, ਬਹੁਤ ਸੋਹਣਾ ਦੁਪੱਟਾ ਵਾ ਨਾਲ ਲੱਗਿਆ ਹੋਇਆ, ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਨੇ। ਬਸ ਫਟਾਫਟ ਆਪਣੇ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਚਾਹੀਦੇ ਨੇ। ਚਾਰ ਯਾਨੀ ਕਿ ਚਾਰ ਕਲਰ ਇਹਦੇ ਵਿੱਚ ਨੇ। ਇਹ ਵਾਲਾ ਸੂਟ ਵੀ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ, ਬਹੁਤ ਹੀ ਵਧੀਆ ਸਟੱਫ ਦੇ ਨਾਲ ਨੇ। ਲਓ ਜੀ ਇਹ ਹੈਗੀ ਹੈ ਸ਼ਰਟ, ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ, ਇੱਕ ਅਲੱਗ ਜੀ ਸਰਦਾਰੀ ਜੀ ਲੁੱਕ ਆ ਸੂਟ ਦੀ, ਬਹੁਤ ਹੀ ਸੋਹਣੀ, ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ, ਫਿਰ ਨੀਚੇ ਜਾ ਕੇ ਇਸ ਤਰ੍ਹਾਂ ਪ੍ਰਿੰਟਿੰਗ ਮਿਲੂਗੀ, ਅਤੇ ਸਾਰਾ ਜਿੰਨਾ ਵੀ ਕੰਮ ਹੋਇਆ ਸਾਰਾ ਆਰੀ ਦੇ ਨਾਲ ਹਾਈਲਾਈਟ ਮਿਲੂਗਾ, ਬਹੁਤ ਸੋਹਣਾ ਕੰਮ ਨੂੰ ਸਾਰੇ ਨੂੰ ਜਿੰਨੀ ਪ੍ਰਿੰਟਿੰਗ ਹੋਈ ਆ ਹਾਈਲਾਈਟ ਕੀਤਾ ਹੋਇਆ, ਕਲਰ ਕੰਬੀਨੇਸ਼ਨ ਇੰਨੇ ਸੋਹਣੇ ਆਏ ਨੇ, ਤਿੰਨੀ ਕਲਰ ਨੇ, ਤਿੰਨੀ ਕਲਰ ਬਹੁਤ ਸੋਹਣੇ ਮਿਲਣਗੇ। ਬੈਕ ਵੀ ਸੇਮ ਮਿਲੂਗੀ ਪ੍ਰਿੰਟਡ, ਬਹੁਤ ਸੋਹਣੀ, ਬਾਹਾਂ ਦੇ ਉੱਪਰ ਵੀ ਪ੍ਰਿੰਟਿੰਗ ਮਿਲੂਗੀ, ਕਲਰ ਸ਼ਰਟਾਂ ਦੀ ਇਸੇ ਤਰ੍ਹਾਂ ਮਿੱਠੀ ਮਿੱਠੀ ਜਿਹੀ ਚਮਕ ਆਊਗੀ ਬੋਟਮ ਨਾਲ ਵੀ। ਬੋਟਮ ਹੈਗੀ ਹੈ ਜੀ ਪਿਸਤਾ ਗ੍ਰੀਨ ਕਲਰ, ਬਿਲਕੁਲ ਹੀ ਲਾਈਟ ਜਿਹਾ ਕਲਰ ਆ, ਗ੍ਰੀਨ ਆ, ਪਿਸਤਾ ਗ੍ਰੀਨ ਜਿਹਾ, ਉੱਦਾਂ ਦੀ ਹੋਈ ਬਿਲਕੁਲ ਹੀ ਸਕਿਨ 'ਤੇ ਲਾਈਟ ਲਾਈਟ ਗ੍ਰੀਨ ਜਿਹੀ ਚਮਕ ਆਊਗੀ ਕਮੀਜ਼ ਦੇ ਵਿੱਚੋਂ ਕਲਰ ਦੀ, ਕਿਉਂਕਿ ਜਿਹੜੇ ਸ਼ਰਟ ਆ ਇਹ ਥੋੜ੍ਹੀ ਜਿਹੀ ਲਾਈਟ ਰਹੂਗੀ ਅਤੇ ਬੋਟਮ ਥੋੜ੍ਹੀ ਜਿਹੀ ਡਾਰਕ ਰਹੂਗੀ ਸ਼ਰਟ ਨਾਲੋਂ, ਬਟ ਵੈਸੇ ਕਲਰ ਬਿਲਕੁਲ ਹੀ ਸਰਦਾਰੀ ਜਿਹਾ ਇੰਗਲਿਸ਼ ਜਿਹਾ ਕਲਰ ਆ, ਕੋਈ ਵੀ ਡਾਰਕ ਕਲਰ ਨਹੀਂ ਹੈਗਾ ਇਹਨਾਂ ਵਿੱਚ। ਨਾਲ ਇਹਨਾਂ ਦੇ ਆਉਣਗੇ ਵਿਸਕੋਸ ਮਸਲੀਨ ਦੇ ਦੁਪੱਟੇ, ਹਲੋ ਵਿਸਕੋਸ ਮਸਲੀਨ ਦਾ ਹੋਊਗਾ ਦੁਪੱਟਾ, ਦੇਖ ਸਕਦੇ ਹੋ ਪੂਰਾ ਡਿਜੀਟਲ, ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ, ਪੂਰਾ ਖੁੱਲਾ ਡੁੱਲਾ, ਅਤੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ, ਤਿੰਨਾਂ ਦਾ ਕੋਂਬੀਨੇਸ਼ਨ ਅਲੱਗ ਅਲੱਗ ਰਹੂਗਾ, ਜਿਹੜਾ ਵੀ ਕਲਰ ਤੁਸੀਂ ਲੈਣਾ ਲੈ ਸਕਦੇ ਹੋ, ਜਿਵੇਂ ਪਿਸਤੇ ਦੇ ਨਾਲ ਆ, ਜਿਹੜਾ ਇਹ ਵਾਲਾ ਇਹ ਹੈਗਾ ਜੀ ਲੈਮਨ ਦੇ ਨਾਲ, ਇਹਦੀ ਸ਼ਰਟ ਰਹੂਗੀ ਇੱਦਾਂ ਸਾਰਾ ਆਰੀ ਦੇ ਨਾਲ ਹਾਈਲਾਈਟ ਕੰਮ ਮਿਲੂਗਾ ਤੁਹਾਨੂੰ, ਬਹੁਤ ਸੋਹਣਾ, ਅਤੇ ਨਾਲ ਇਹਦੇ ਬਿਲਕੁਲ ਹੀ ਲਾਈਟ ਜੀ ਲੈਮਨ ਜੀ ਮਿਲੂਗੀ ਬੋਟਮ, ਬਹੁਤ ਸੋਹਣੀ ਇੰਗਲਿਸ਼ ਕਲਰ ਆ, ਕੋਈ ਲਾਈਟ ਨਹੀਂ, ਕੋਈ ਡਾਰਕ ਨਹੀਂ। ਆ ਲਓ ਨਾਲ ਇਹਦੇ ਸੇਮ ਆਊਗਾ ਵਿਸਕੋਸ ਮਸਲੀਨ ਦਾ ਦੁਪੱਟਾ, ਜਿਹੜਾ ਥਰਡ ਕਲਰ ਆ ਉਹ ਆਊਗਾ ਜੀ ਪਰਪਲ ਟੂਨ ਦੇ ਉੱਪਰ, ਲਾਈਟ ਜੀ ਪਰਪਲ ਟੂਨ ਆ, ਆ ਦੇਖੋ ਇਸ ਤਰ੍ਹਾਂ ਹੈਗਾ ਵਾ, ਸੇਮ ਸ਼ਰਟ ਮਿਲੂਗੀ ਨਾਲ ਇਹਦੇ ਸੇਮ ਇੱਦਾਂ ਲਾਈਟ ਮਿਲੂਗੀ ਬੋਟਮ, ਅਤੇ ਨਾਲ ਇਹਦੇ ਸੇਮ ਆਊਗਾ ਵਿਸਕੋਸ ਦਾ ਹੀ ਦੁਪੱਟਾ, ਯਾਨੀ ਕਿ ਇਹ ਹੈਗਾ ਪਰਪਲ ਟੂਨ ਦੇ ਉੱਪਰ, ਇਸ ਤਰ੍ਹਾਂ ਵਾਲੀ ਟੂਨ ਆ ਇਹਦੀ, ਇਹਦੀ ਹੈਗੀ ਜੀ ਯੈਲੋ ਜੀ ਲੈਮਨ ਜੀ ਟੂਨ, ਇਹ ਵਾਲੀ ਜਿਹੜੀ ਪੱਟੀ ਹੈ ਥੋੜ੍ਹੀ ਜਿਹੀ ਡਾਰਕ ਆ ਬਟ ਕਲਰ ਇਹਦੇ ਨਾਲੋਂ ਲਾਈਟ ਨੇ ਸੂਟਾਂ ਦੇ, ਅਤੇ ਥਰਡ ਹੈਗਾ ਪਿਸਤਾ ਗ੍ਰੀਨ ਕਲਰ, ਇਹਨਾਂ 'ਚੋਂ ਜਿਹੜਾ ਵੀ ਸੂਟ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਫਟਾਫਟ ਸਕਰੀਨਸ਼ਾਟ ਲੈ ਲਓ, ਇਹ ਤਿੰਨੀ ਪੀਸ ਨੇ ਆਪਣੇ ਕੋਲ, ਪਰ ਇਹ ਜਿੱਥੇ ਮਰਜ਼ੀ ਪਾ ਸਕਦੇ ਹੋ, ਯਾਨੀ ਕਿ ਇੰਨੀ ਸਰਦਾਰੀ ਲੁੱਕ ਦੀ ਆ, ਚਾਹੇ ਤੁਸੀਂ ਜਿਹੜੀ ਮਰਜ਼ੀ ਮਤਲਬ ਕਿ ਓਕੇਸ਼ਨ 'ਤੇ ਪਾ ਸਕਦੇ ਹੋ ਸੂਟਾਂ ਨੂੰ, ਬਹੁਤ ਸੋਹਣੀ ਚੀਜ਼ ਆਈ ਹੈ ਵੀ ਜੀ। ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ, ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ, ਕਲੈਕਸ਼ਨ ਬਹੁਤ ਸੋਹਣੀ ਲੈ ਕੇ ਆਏ ਹਾਂ ਹਰ ਰੋਜ਼ ਵਾਂਗੂ, ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ, ਅਤੇ ਵਟਸਐਪ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ, ਇਹਦੇ ਉੱਪਰ ਜਾ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ, ਅਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਪਲੀਜ਼ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ। ਬਾਕੀ ਜਿਹੜੀਆਂ ਭੈਣਾਂ ਇੰਨੇ ਸੋਹਣੇ ਸੋਹਣੇ ਕਮੈਂਟ ਕਰਕੇ ਜਾਂਦੀਆਂ ਨੇ, ਉਹਨਾਂ ਦਾ ਤਹਿ ਦਿਲੋਂ ਬਹੁਤ ਥੈਂਕ ਯੂ ਆ, ਤੁਸੀਂ ਇੰਨੇ ਸੋਹਣੇ ਇੰਨੇ ਪਿਆਰੇ ਕਮੈਂਟ ਕਰਦੇ ਹੋ,
ਤੇ ਇੰਨਾ ਐਪਰੀਸ਼ੀਏਟ ਕਰਦੇ ਹੋ, ਮਤਲਬ ਕਿ ਇੱਕ ਹੌਸਲਾ ਅਫਜ਼ਾਈ ਹੋ ਜਾਂਦੀ ਹੈ ਜਦੋਂ ਤੁਹਾਡੇ ਕਮੈਂਟ ਪੜ੍ਹਦੇ ਹਾਂ, ਤਾਂ ਰੂਹ ਵੀ ਖੁਸ਼ ਹੁੰਦੀ ਆ ਅਤੇ ਕੰਮ ਕਰਨ ਨੂੰ ਵੀ ਹੋਰ ਵੀ ਵੱਧ ਜੀ ਕਰਦਾ ਜੀ। ਸੋ ਥੈਂਕ ਯੂ ਸੋ ਮੱਚ ਉਹਨਾਂ ਭੈਣਾਂ ਦਾ ਜਿਹੜੇ ਇੰਨਾ ਸੋਹਣਾ ਸੋਹਣਾ ਕਮੈਂਟ ਕਰਦੀਆਂ ਨੇ। ਤੇ ਚਲੋ ਜੀ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ। ਤਦ ਤੱਕ ਦੇ ਲਈ ਜੀ, ਸਤਿ ਸ਼੍ਰੀ ਅਕਾਲ ਜੀ।